ਸਤਿ ਸ਼੍ਰੀ ਅਕਾਲ ਸਾਰਿਆਂ, ਤੁਹਾਡਾ ਸਾਰਿਆਂ ਸਵਾਗਤ ਆਪਣੇ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜਾ ਕੰਮ ਭਾਈ ਆਪਣਾ, ਐਮਾਜ਼ੋਨ ਦਾ। ਐਮਾਜ਼ੋਨ ਦਾ ਆਹ ਜਿਹੜੀ ਆਪਣੀ ਵੈਨ ਆ, ਅਤੇ ਇੱਥੇ ਭਾਈ ਕਰਦਾ ਨਾਲ ਡਿਲੀਵਰੀਆਂ ਐਮਾਜ਼ੋਨ ਦੀਆਂ। ਭਾਜੀ ਐਮਾਜ਼ੋਨ ਫਲੈਕਸ ਦਾ ਵੀ ਕੰਮ ਕਰਦਾ ਨਾਲ ਨਾਲ, ਅਤੇ ਐਮਾਜ਼ੋਨ ਦੇ ਵਿੱਚ ਪੱਕਾ ਵੀ ਲੱਗਿਆ। ਤੁਹਾਨੂੰ ਸ਼ੋਅ ਕਰਾਂਗੇ ਸਾਰਾ ਕਿੱਦਾਂ ਆਪਾਂ ਪਾਰਸਲ ਚੱਕਣੇ ਆ ਅਤੇ ਕਿੱਦਾਂ ਡਿਲੀਵਰ ਕਰਦੇ ਹਾਂ, ਕਿੱਥੋਂ ਚੱਕਣੇ ਜਾ ਕੇ। ਟਾਈਮ ਹੋ ਗਿਆ ਹੁਣ 10 ਵੱਜ ਚੁੱਕੇ ਆ, ਅਤੇ ਇਹ ਇਸ ਕੰਮ ਦੀ ਖਾਸੀਅਤ ਇਹੀ ਆ ਕਿ ਆਪਾਂ ਤੜਕੇ ਉੱਠਣ ਦੀ ਕੋਈ ਲੋੜ ਨਹੀਂ ਹੈਗੀ। ਤੜਕੇ ਜਿੱਦਾਂ ਅਸੀਂ ਕੰਸਟਰਕਸ਼ਨ ਵਾਲੇ 5 ਵਜੇ ਉੱਠਦੇ ਹਾਂ, 6 ਵਜੇ 7 ਵਜੇ ਕੰਮ 'ਤੇ ਲੱਗਣਾ ਹੁੰਦਾ ਜਾ ਕੇ, ਇਹਦੇ ਵਿੱਚ ਤੁਹਾਡਾ ਕੋਈ ਚੱਕਰ ਨਹੀਂ। 10-11 ਵਜੇ ਤੁਸੀਂ ਜਾ ਕੇ ਕੰਮ 'ਤੇ ਲੱਗਣਾ ਹੁੰਦਾ, ਅਤੇ ਕੰਮ ਫਿਨਿਸ਼ ਕਰਨ ਦਾ ਟਾਈਮ ਉਹੀ ਤੁਹਾਡੇ ਹਿਸਾਬ ਨਾਲ। ਜੇ ਤੁਸੀਂ ਛੇਤੀ ਰੂਟ ਕੱਢ ਦਿੰਦੇ ਆ ਤਾਂ ਛੇਤੀ ਫਿਨਿਸ਼ ਕਰ ਦਿਓ, ਅਤੇ ਜੇ ਤੁਸੀਂ ਥੋੜ੍ਹੇ ਜਿਹੇ ਜਿੱਲੇ ਆ ਤਾਂ 2 ਘੰਟੇ ਐਕਸਟਰਾ ਲੱਗ ਜਾਂਦੇ, ਜਿੱਦਾਂ ਟਾਈਮ ਜ਼ਿਆਦਾ ਲੱਗ ਜਾਂਦਾ। ਪਰ ਭਾਅ ਜੀ ਬਹੁਤ ਤੇਜ਼ ਆ ਇਹ, 5-6 ਵਜੇ ਵਿਹਲਾ ਹੋ ਘਰ ਆ ਜਾਂਦਾ ਹੁੰਦਾ। ਅਤੇ ਬਾਕੀ ਤੁਹਾਨੂੰ ਸਾਰਾ ਦੱਸਾਂਗੇ ਇਹਦੇ ਵਿੱਚ ਕਿੰਨੀ ਕਮਾਈ ਆ, ਕਿੰਨੇ ਕੁ ਪੈਸੇ ਬਚਦੇ। ਅਤੇ ਆਪਾਂ ਹੁਣ ਚੱਲਦੇ ਹਾਂ, ਜੋ ਵੈਨ ਤੁਹਾਨੂੰ ਦਿਖਾਤੀ ਆਪਾਂ, ਬਾਕੀ ਤੁਹਾਨੂੰ ਅਗਾਂਹ ਸ਼ੇਅਰ ਕਰਦੇ ਐਕਸਪੀਰੀਅੰਸ ਸਾਰਾ। ਭਾਈ ਇੰਡੀਅਨ ਲਾਇਸੈਂਸ ਤੇ ਹੋ ਜਾਂਦਾ ਕੰਮ ਇਹ? ਨਹੀਂ ਨਹੀਂ ਹੁੰਦਾ। ਜਿਹਨੇ ਇੰਟਰਨੈਸ਼ਨਲ ਕਰਾਇਆ ਹੋਵੇ? ਨਹੀਂ ਨਹੀਂ ਹੁੰਦਾ। ਯੂਰਪ ਵਾਲੇ ਤੇ ਯੂਰਪ ਦਾ ਕੋਈ ਵੀ ਹੋਵੇ ਆਪਾਂ ਅਪਲਾਈ ਕਰ ਸਕਦੇ ਹਾਂ। ਪਹਿਲੀ ਮੇਨ ਗੱਲ ਇਹ ਆ ਕਿ ਭਾਈ ਜਿਹੜੇ ਦੁੜੇ ਡਾਂਡੇ ਖਾਂਦੇ ਮੁੰਡੇ ਉਹ ਥੋੜ੍ਹੇ ਦਿਨ ਬੰਦ ਕਰ ਦੇਣਾ, ਹੈ ਨਾ, ਟੈਸਟ ਹੁੰਦਾ। ਚੱਕਰ ਇਹ ਆ ਕਿ ਜਦੋਂ ਡਰੱਗ ਟੈਸਟ ਹੋਣਾ ਪਹਿਲਾਂ ਤੁਹਾਡਾ, ਓਕੇ, ਜਦੋਂ ਤੁਸੀਂ ਯਾਨੀ ਕਿ ਅਪਲਾਈ ਕਰਨਾ ਨਾ, ਹਾਂ, ਤੁਹਾਨੂੰ ਡੇਟ ਅਪਲਾਈ ਕਰਨ ਤੋਂ ਬਾਅਦ ਕਿਸੇ ਟਾਈਮ ਵੀ ਡਰੱਗ ਟੈਸਟ ਦੀ ਡੇਟ ਦੇ ਸਕਦੇ ਆ। ਠੀਕ ਆ। ਉਹਦੇ ਵਿੱਚ ਤੁਹਾਨੂੰ ਪਹਿਲਾਂ ਯਾਨੀ ਕਿ ਘੱਟੋ ਘੱਟ ਨੇ ਜਿਹੜੇ ਖਾਂਦੇ ਆ 4-5 ਦਿਨ ਬੰਦ ਕਰਨਾ ਪੈਣਾ। ਤੇ ਭਾਈ ਆਪਦਾ ਜਿਹਨੇ ਕਰਨਾ ਅਪਲਾਈ ਪਹਿਲਾਂ ਹੀ ਹਫ਼ਤਾ ਛੱਡ ਦੇਣ ਫੀਮ ਡੋਡੇ, ਦਾਰੂ ਦਾ ਕੋਈ ਚੱਕਰ ਨਹੀਂ, 2 ਦਿਨ ਪਹਿਲਾਂ ਛੱਡ ਦਿਓ, ਉਹ ਨਹੀਂ ਆਉਣੀ ਨਾ ਭਾਈ, ਬਾਕੀ ਪਤਾ ਨਹੀਂ। ਵਧੀਆ ਕੰਮ ਆ ਕਰਦੇ ਤੁਹਾਡਾ ਸਾਰਾ ਐਕਸਪੀਰੀਅੰਸ। ਉਸ ਤੋਂ ਬਿਨਾ ਟੈਸਟ ਤੋਂ ਬਿਨਾ ਅਪਲਾਈ ਨਹੀਂ ਹੋਣਾ ਤੁਹਾਡਾ। ਹਾਂ, ਤੇ ਟੈਸਟ ਤੁਸੀਂ ਇੱਕ ਵਾਰ ਟੈਸਟ 'ਚ ਪੋਜ਼ਿਟਿਵ ਆ ਗਏ ਤੇ ਮੁੜ ਕੇ ਫਿਰ ਐਮਾਜ਼ੋਨ 'ਚ ਲੱਗੇ ਨਹੀਂ ਸਕਦੇ। ਹਾਂ, ਜੇ ਇੱਕ ਵਾਰੀ ਪੋਜ਼ਿਟਿਵ ਆ ਗਏ ਫਿਰ ਤੁਸੀਂ ਅਪਲਾਈ ਨਹੀਂ ਕਰ ਸਕਦੇ ਬਾਅਦ 'ਚ। ਤੇ ਟੈਸਟ ਤੋਂ ਬਾਅਦ ਭਾਈ ਫਿਰ ਕੀ ਪ੍ਰੋਸੀਜਰ ਹੁੰਦਾ? ਟੈਸਟ ਤੋਂ ਬਾਅਦ ਬਸ ਜਦੋਂ ਤੁਹਾਡਾ ਟੈਸਟ ਆ ਗਿਆ ਤਾਂ ਫਿਰ ਤੁਹਾਨੂੰ ਨਹੀਂ ਟ੍ਰੇਨਿੰਗ ਬੁੱਕ ਕਰ ਦੇਣੀ, ਟ੍ਰੇਨਿੰਗ ਪੇਮੈਂਟ ਕਰਦੇ ਉਹਦੀ ਟ੍ਰੇਨਿੰਗ ਦੀ। ਓਕੇ। ਤੇ ਟ੍ਰੇਨਿੰਗ ਤੁਹਾਨੂੰ ਦੇਣੀ ਆ, ਡਿਪੈਂਡ ਹੁੰਦਾ ਤੁਹਾਡੇ ਐਕਸਪੀਰੀਅੰਸ ਦੇ। ਜਿੱਦਾਂ ਨਵੇਂ ਬੰਦੇ ਨੂੰ ਉਹ 2-3 ਦਿਨ ਵੀ ਦਿੰਦੇ ਆ, ਤੇ ਉਸ ਤੋਂ ਬਾਅਦ ਰੂਟ ਦੇ ਉੱਪਰ ਵੀ ਨੋਰਮਲੀ 3 ਦਿਨ ਤੁਹਾਨੂੰ ਰੂਟ ਦੇ ਉੱਪਰ ਬੰਦੇ ਦੇ ਨਾਲ ਭੇਜਦੇ ਆ ਟ੍ਰੇਨਿੰਗ ਦੇ। ਜੇ ਤੁਹਾਨੂੰ ਹੋਰ ਲੋੜ ਆ ਫਿਰ ਭੇਜਦੇ ਆ। ਤੇ ਪਹਿਲਾਂ 3 ਦਿਨ ਪਹਿਲਾਂ ਜਿਹੜੀ ਟ੍ਰੇਨਿੰਗ ਕਲਾਸ ਵਾਲੀ ਆ ਉਹ ਵੀ ਪੇਡ ਆ, ਤੇ ਜਿਹੜੀ ਤੁਸੀਂ ਕਿਸੇ ਦੇ ਨਾਲ ਜਾਣਾ ਆ ਉਹ ਵੀ ਪੇਡ ਆ। ਸਹੀ ਆ। ਡਰੱਗ ਟੈਸਟ ਤੋਂ ਬਾਅਦ ਜਦੋਂ ਤੁਸੀਂ ਪਾਸ ਹੋ ਜਾਂਦੇ ਫਿਰ ਜਿੰਨੇ ਤੁਹਾਡੇ ਦਿਨ ਲੱਗਦੇ ਆ ਜੇ ਤੁਹਾਨੂੰ ਕੰਮ ਨਹੀਂ ਆਉਂਦਾ, ਡਰੱਗ ਟੈਸਟ ਤੋਂ ਬਾਅਦ ਚ ਜਦੋਂ ਤੁਸੀਂ ਸਾਨੂੰ ਨਹੀਂ ਸੱਦ ਲਿਆ, ਤੁਸੀਂ ਟ੍ਰੇਨਿੰਗ ਲੈ ਕੇ ਕੰਮ ਨਹੀਂ ਵੀ ਕਰਨਾ ਤਾਂ ਉਹ ਵੀ ਪੇਮੈਂਟ ਕਰੂਗੇ ਤੁਹਾਨੂੰ। ਸਹੀ ਆ। ਜਿਹੜੇ ਦਿਨ ਤੁਸੀਂ ਟ੍ਰੇਨਿੰਗ ਲਈ ਆ। ਸਹੀ ਆ, ਫੁੱਲ ਪੇਮੈਂਟ ਹੁੰਦੀ ਆ। ਹਾਂਜੀ, ਸਹੀ ਆ। ਤੇ ਉਹਦੇ ਰੂਟ ਪਹਿਲਾਂ ਸਾਨੂੰ ਨਰਸਰੀ ਰੂਟ ਦਿੰਦੇ ਆ, ਉਹਦੇ ਵਿੱਚ ਹੁੰਦਾ ਆ ਕਿ ਜਿੱਦਾਂ ਨਵਾਂ ਡਰਾਈਵਰ ਹੈ ਉਹਦਾ ਫੁੱਲ ਜਾਣ ਕੇ ਪੂਰੇ ਦਿਨ 'ਚ ਮਸੀਂ ਖਤਮ ਕਰਦਾ ਨਾ ਨਰਸਰੀ ਰੂਟ ਵੀ। ਤੇ ਜਿਹੜੇ ਹੁਣ ਜਿਹਨਾਂ ਕੋਲ ਐਕਸਪੀਰੀਅੰਸ ਹੈਗਾ ਆ ਫਿਰ ਕਹਿ ਦਈਏ ਸਾਨੂੰ ਨਰਸਰੀ ਰੂਟ ਕਿਤੇ ਦੇ ਦੇਣ ਉਹ, ਤੇ ਅਸੀਂ ਤਾਂ 3 ਘੰਟੇ ਘਰ ਆ ਜਾਣਾ। ਆਹ, ਤੁਹਾਨੂੰ ਤਾਂ ਐਕਸਪੀਰੀਅੰਸ ਆ ਸਾਰਾ, ਕਿਉਂਕਿ ਉਹ ਨਰਸਰੀ ਰੂਟ ਤਾਂ ਦਿੰਦੇ ਕਿ ਬੰਦੇ ਨੂੰ ਥੋੜ੍ਹਾ ਐਕਸਪੀਰੀਅੰਸ ਹੋਵੇ ਏਰੀਏ ਦਾ ਪਤਾ ਲੱਗ ਜਾਵੇ। ਨਰਸਰੀ ਰੂਟ ਦੇ ਵਿੱਚ 80 ਸਟੋਪ 85 ਸਟੋਪ ਇੱਦਾਂ ਹੁੰਦੇ ਆ। ਸਹੀ ਆ। ਤੁਹਾਡੇ ਤਾਂ ਕਿੰਨੇ ਹੁੰਦੇ ਹੁਣ ਜਿੱਦਾਂ ਹੁਣ ਤੁਸੀਂ ਪ੍ਰੋਪਰ ਤੁਹਾਡੇ ਬੇਸ ਕੋਲ ਹੁੰਦਾ ਆ ਸਟੈਂਡਰਡ ਲਾਰਜ ਮੈਨ ਰੂਟ, ਉਹਦੇ ਵਿੱਚ 170 ਤੋਂ ਲੈ ਕੇ 180 ਦੇ ਵਿੱਚ ਸਟੋਪ ਹੁੰਦੇ ਆ। ਇੰਨੇ ਵਜੇ ਨੂੰ 6 ਵਜੇ ਕੱਢ ਦਿੰਦਾ ਮੈਂ 10 ਵਜੇ ਨਹੀਂ ਲੱਗਣਾ, 10 ਵਜੇ ਤਾਂ ਅਸੀਂ ਚੱਲੇ ਆ, 10 ਵਜੇ ਆਪਾਂ ਕੰਮ ਤੇ ਲੱਗਣਾ 12 ਵਜੇ। ਓਕੇ, 10 ਵਜੇ ਆਪਾਂ ਜਾ ਕੇ ਉੱਥੇ ਖੜ ਜਾਣਾ ਆ। ਠੀਕ ਆ, ਅਸੀਂ ਐਮਾਜ਼ੋਨ ਡੀਪੂ ਦੇ ਅੰਦਰ 11 ਵਜੇ ਗੱਡੀ ਬਾੜਨੀ ਆ, ਤੇ ਲੈਣ ਦੇ ਵਿੱਚ ਗੱਡੀਆਂ ਲੱਗ ਜਾਣੀਆਂ, ਉੱਥੋਂ ਤੁਹਾਨੂੰ ਹੁਣੀ ਸਾਈਨ ਦੇ ਦੇਣਾ ਕਿ ਤੁਸੀਂ ਲੋਡਿੰਗ ਕਰ ਸਕਦੇ ਆ ਆਪਣਾ ਤੁਹਾਡਾ ਟਾਈਮਿੰਗ ਦੇ ਹਿਸਾਬ ਨਾਲ। ਸਹੀ ਆ। ਟਾਈਮਿੰਗ ਹੁੰਦੀ ਆ 15 ਮਿੰਟਾਂ ਦੀ, 15 ਮਿੰਟਾਂ ਦੀ ਲੋਡ ਕਰਨੀ ਆ, ਇਹ ਔਖਾ ਨਹੀਂ ਹੁੰਦਾ ਇਹਦੇ ਵਿੱਚ। ਇਹ ਸਾਰਾ ਉਹਨੇ ਤਿਆਰ ਕਰਕੇ ਰੱਖੇ ਹੁੰਦੇ ਬੈਗ, ਸਿਰਫ ਆਪਾਂ ਰੱਖਣੇ ਆ 5-7 ਮਿੰਟ ਦਾ ਕੰਮ ਹੁੰਦਾ ਉਹ ਤੇ ਬੈਗ 'ਚ ਪਾਇਆ ਹੋਣਾ ਸਾਰਾ ਕੁਝ। ਤੁਹਾਨੂੰ ਅਰਲੀ ਮਾਰਨਿੰਗ ਇੱਕ ਰੂਟ ਹੁੰਦਾ ਆ, ਤੁਹਾਡਾ ਮੈਨੇਜਰ ਤੁਹਾਨੂੰ ਰੂਟ ਭੇਜ ਦਿੰਦਾ ਆ। ਸਹੀ ਆ। ਲਿਖਿਆ ਹੁੰਦਾ ਕਿ ਕਿੰਨੇ ਤੁਹਾਡੇ ਕੋਲ ਬੈਗ ਆ ਤੇ ਕਿੰਨੇ ਓਵਰਫਲੋ ਹੁੰਦੇ ਆ, ਜਿਹੜੇ ਥੋੜੇ ਪਾਰਸਲ ਹੁੰਦੇ ਬੈਗ ਦੇ ਵਿੱਚ ਨਹੀਂ ਆਉਂਦੇ। ਠੀਕ ਆ, ਉਹ ਪਤਾ ਹੁੰਦਾ ਆ, ਉਹ ਤਾਂ ਬਸ ਜਾ ਕੇ ਚੱਕ ਕੇ ਰੱਖਣੇ ਆ, ਕੋਈ ਮੁਸ਼ਕਲ ਨਹੀਂ। ਪਹਿਲਾਂ 1-2 ਦਿਨ ਔਖਾ ਲੱਗਦਾ। ਸਹੀ ਆ। ਓਵਰਆਲ ਜਿਹਦਾ ਕੰਮ ਵਧੀਆ ਆ, ਹਰ ਕੋਈ ਕਰ ਸਕਦਾ ਜੇ ਕੋਈ ਲਾਇਸੈਂਸ, ਹਰ ਤੋਂ ਲਾਇਸੈਂਸ ਚਾਹੀਦਾ। 180 ਸਟਾਪ ਤੁਸੀਂ 5.5 ਘੰਟਿਆਂ ਦੇ ਵਿੱਚ, ਜੇ ਡਿਪੈਂਡ ਹੁੰਦਾ ਆ, ਡਿਪੈਂਡ ਹੁੰਦਾ ਹੈ ਬੰਦੇ ਦਾ ਏਰੀਏ ਦਾ। ਹਾਂ, ਕਿੰਨਾ ਤੁਹਾਨੂੰ ਨੌਲੇਜ ਏਰੀਆ ਬਾਰੇ? ਤਾਂ ਹੁਣ ਮੈਨੂੰ ਇਧਰਲੇ ਏਰੀਏ ਦੀ ਨੌਲੇਜ ਨਹੀਂ ਹੈਗੀ, ਮੈਨੂੰ
ਟਾਈਮ ਲੱਗ ਸਕਦਾ ਮੈਨੂੰ ਆਪਣੇ ਏਰੀਆ ਦਾ ਪਤਾ ਜੇ ਮੈਂ ਉਧਰ ਕਰਾਂ ਮੈਨੂੰ ਪਤਾ ਹਾਵੇਂ ਕਿੱਥੇ ਲਾਈਟਾਂ ਹੋਈਆਂ ਕਿੱਥੇ ਜਿੱਦਾਂ ਜਿੰਨੇ ਕੋਟੇਜ ਲਗਾਏ ਕੋਟੇਜ ਜਿੱਦਾਂ ਹੋਏ ਕਿ ਫਾਰਮ ਹੋ ਗਿਆ ਦੂਰ ਦੂਰ ਪੈਂਦੇ ਆ ਤੁਹਾਨੂੰ ਉਨੇ ਸਟੋਪ ਘਟੀ ਜਾਣੇ ਆ ਸਹੀ ਆ ਉਹਨੇ ਟਾਈਮਿੰਗ ਦੇ ਹਿਸਾਬ ਨਾਲ ਰੂਟ ਸੈੱਟ ਕੀਤਾ ਹੁੰਦਾ ਸਹੀ ਐਮਾਜ਼ਨ ਵਾਲੇ ਤੁਹਾਨੂੰ ਦਿੰਦੇ ਆ 9 ਘੰਟੇ ਦੇ ਹਿਸਾਬ ਨਾਲ 9 ਘੰਟੇ ਤੁਹਾਨੂੰ ਪੈ ਦਿੰਦੇ ਨਾ ਭਾਵੇਂ ਤੁਸੀਂ 6 ਜਾਂ 9 ਵੇਟ ਤੋਂ 5 ਜਾਂ 9 ਵੇਟ ਦੇ 2 ਜਾਂ 9 ਵੇਟ ਤੋਂ ਭਾਵੇਂ 9 ਦੇ ਦੇਣੇ ਦੇਣੇ ਆ 9 ਦੇ ਮਿਲਣੇ ਮਿਲਣੇ ਲੋ ਵੀ ਅਸੀਂ ਪਹੁੰਚ ਚੁੱਕੇ ਹੁਣ ਉੱਥੇ ਡੀਪੂ 'ਤੇ ਅਤੇ ਸਾਡੇ ਘਰੋਂ ਅੱਧਾ ਘੰਟਾ ਲੱਗਦਾ ਇੱਥੇ ਆਉਣ ਨੂੰ ਆ ਭਾਈ ਨੇ ਵੈਸਟ ਪਾ ਲਈ ਆ ਇਹ ਪਾ ਕੇ ਜਾਣਾ ਪੈਂਦਾ ਨਾਲ ਸੇਫਟੀ ਸ਼ੂਜ਼ ਵੀ ਪਾ ਲਏ ਆ ਦਿਖਾਈ ਭਾਈ ਇਹ ਭਾਈ ਕੰਪਨੀ ਦਾ ਲੱਗਦੇ ਪੂਰੇ ਇੰਕਲੀ ਪੈਣ ਵਾਲੇ ਆ ਅਤੇ ਮੈਂ ਇੱਥੇ ਹੁਣ ਬਾਹਰ ਖੜ੍ਹ ਜਾਣਾ ਕਿਉਂਕਿ ਮੈਂ ਨਾਲ ਜਾ ਨਹੀਂ ਸਕਦਾ ਅੰਦਰ ਕਿਉਂਕਿ ਉੱਥੇ ਇਹਨਾਂ ਨੇ ਸਰ ਚੈਕਿੰਗ ਚੁਕਿੰਗ ਹੋ ਜਾਂਦੀ ਇੱਦਾਂ ਅਤੇ ਕੰਮ ਸਾਡਾ ਸਟਾਰਟ ਹੋ ਜਾਣਾ ਮਤਲਬ ਹੋਰ ਜੀ ਇੱਥੋਂ ਭਾਈ ਨੇ ਜਾਣਾ 10 ਮਿੰਟ 'ਚ ਸਾਰਾ ਸਮਾਨ ਚੱਕ ਕੇ ਲਿਆਉਣਾ ਫਿਰ ਇੱਥੋਂ ਜਾਣ ਨੂੰ ਫਿਰ 20-25 ਮਿੰਟ ਲੱਗਣੇ ਇੱਥੇ ਜਾਣਾ ਰੂਟ 'ਤੇ ਅਤੇ ਆਪਣਾ ਕੰਮ ਸਟਾਰਟ ਹੋ ਜਾਣਾ ਸਾਰੀਆਂ ਵੈਨਾਂ ਜਾਂਦੀਆਂ ਇਹਨਾਂ ਦਾ ਡਿੱਗੂ ਆ ਇੱਥੇ ਐਮਾਜ਼ਨ ਫਲੈਕਸ ਦਾ ਵੀ ਇੱਥੋਂ ਹੀ ਚੱਕ ਹੁੰਦਾ ਰੂਟ ਕਿੱਦਾਂ ਡਿੱਗੂ ਬਣਿਆ ਹੋਇਆ ਉਹ ਤੁਹਾਨੂੰ ਦਿਖਾਉਂਦਾ ਐਮਾਜ਼ਨ ਫਲੈਕਸ ਅਤੇ ਐਮਾਜ਼ਨ ਜਿਹੜੇ ਪਾਰਸਲ ਚੱਕਣੇ ਆ ਉਹ ਵੀ ਇੱਥੇ ਆ ਜਾਂਦੀਆਂ ਵੈਨਾਂ ਹਰੇਕ ਸ਼ਹਿਰ ਦੇ ਵੱਖੋ ਵੱਖਰੇ ਡਿੱਗੂ ਹੁੰਦੇ ਕਿੱਦਾਂ ਇੱਥੇ ਲੈਸਟਰ ਦਾ ਆਇਆ ਇਹ ਆਹ ਵੀ ਵੈਨਾਂ ਵਾਲੇ ਆਈ ਜਾਂਦੇ ਸਮਾਨ ਚੱਕਣ ਲਓ ਵੀ ਭਾਈ ਆ ਗਿਆ ਪਾਰਸਲ ਲੈ ਕੇ ਕੁਛ ਨੇ ਭਾਈ ਨੇ ਇੱਥੇ ਰੱਖ ਲਏ ਆ ਉਹ ਪੈਰਾਂ 'ਚ ਹਲਕੇ ਹਲਕੇ ਬਾਕੀ ਸਾਰੇ ਪਿੱਛੇ ਆ ਅਤੇ ਹੁਣ ਭਾਈ ਆਪਾਂ ਕਿੱਧਰ ਨੂੰ ਜਾਂਦੇ ਪਏ ਆਪਾਂ ਘਰ ਦੇ ਕੋਲੇ ਆਪਣੇ ਆਪਣੇ ਜਿਹੜੇ ਘਰ ਦੇ ਲਾਗੇ ਲਾਗੇ ਆਪਾਂ ਘੁੰਮਣਾ ਹੈ ਨਾ ਯਾਨੀ ਕਿ ਘਰੋਂ ਆਪਾਂ ਨੂੰ 10-15 ਮਿੰਟ ਦੀ ਡਰਾਈਵ ਸਹੀ ਆ ਆਪਣੇ ਘਰ ਦੇ ਪੋਸਟ ਕੋਲ ਉੱਥੇ ਗਈ ਜਾਂ ਆਪਣਾ ਇੰਨੀ ਹੋਰ ਪੈਂਦਾ ਹੈ ਆਪਾਂ ਕੰਮ ਕਰਨਾ 7 ਚ ਅੱਛਾ ਅਤੇ ਮਤਲਬ ਲਾਗੇ ਲਾਗੇ ਜਿਹੜਾ ਲਗਭਗ ਰੂਟ ਇੱਥੇ ਕੀ ਹੁੰਦਾ ਮੋਸਟਲੀ ਜ਼ਿਆਦਾਤਰ ਜ਼ਿਆਦਾਤਰ ਹੁੰਦਾ ਵੀ ਜਿੱਦਾਂ ਮੈਂ ਹੁਣ 5 ਦਿਨ ਕੰਮ ਕਰਦਾ ਹਾਂ ਜੇ 6 ਦਿਨ ਲਾਉਣਾ ਜੇ ਕੋਈ ਹੋਰ ਬੰਦਾ ਆਫ 'ਤੇ ਆਪਣਾ ਉਹਦੇ ਰੂਟ 'ਤੇ ਚੱਲ ਜਾਣਾ ਆ ਥੋੜ੍ਹਾ ਦੂਰ ਚੱਲ ਜਾਣਾ ਮਤਲਬ ਮੋਸਟਲੀ ਹਾਂ ਵੀਕ ਦੇ ਜ਼ਿਆਦਾਤਰ ਦਿਨ 4 ਦਿਨ ਤਾਂ ਲਗਭਗ ਘਰ ਦੇ ਲਾਗੇ ਲਾਗੇ ਘੁੰਮਦਾ ਉਹਨਾਂ ਨੂੰ ਉਹ 20-25 ਮਿੰਟ ਦੀ ਡਰਾਈਵ ਦੇ ਵਿੱਚ ਵਿੱਚ ਨਾ ਇਹ ਚੀਜ਼ ਬਹੁਤ ਵਧੀਆ ਲੱਗਦੀ ਮੈਨੂੰ ਇਹ ਕੰਮ ਦੀ ਤੁਸੀਂ ਰੋਟੀ ਘਰੇ ਜਾ ਕੇ ਖਾ ਸਕਦੇ ਘਰੋਂ ਮੰਗਾ ਵੀ ਸਕਦੇ ਹਾਂ ਅਤੇ ਵਧੀਆ ਆ ਬਾਕੀ ਆਪਾਂ ਕੰਮ ਸ਼ੁਰੂ ਕਰਦੇ ਹਾਂ ਹੁਣ ਕਰ ਦਿੰਦੇ ਵਧੀਆ ਭਾਜੀ ਪਹਿਲੀ ਡਿਲੀਵਰੀ ਦੇਣ ਚੱਲਾ ਥੈਂਕ ਯੂ ਕਰਿਆ ਭਾਜੀ ਪਹਿਲੀ ਡਿਲੀਵਰੀ ਕਰਤੀ ਆਪਾਂ ਆਪਾਂ ਜੀ ਸਾਰੇ ਪਹਿਲਾਂ ਆਹੀ ਹੋਣੇ ਆ ਬਾਅਦ ਚ ਹਾਂ ਪਿੱਛੇ ਬਾਕਸ ਵੀ ਪਏ ਆ ਪੂਰੇ ਰੱਖ ਨਹੀਂ ਹੁੰਦੇ ਜਿੱਦਾਂ ਤੂੰ ਮੈਂ ਨਾਲ ਬੈਠਾ ਹਾਂ ਪਿੱਛੇ ਬਾਕਸਾਂ ਪਿਆ ਉਹਦੇ ਵਿੱਚੋਂ ਕੱਢਣੇ ਬਣੀ ਬਾਕਸ ਨਹੀਂ ਪਿਆ ਖੋਲ ਕੇ ਰੱਖਿਆ ਬੈਗ ਮੈਂ ਅੱਛਾ ਦਿਖਾਲਦਾ ਬਾਅਦ ਚ ਮੈਂ ਸਾਰੇ ਆਪਾਂ ਅੱਜ ਕਰਨੇ ਡਿਲੀਵਰ ਲਾਗੇ ਲਾਗੇ ਹੀ ਆ ਪਾਰਸਲ ਹੈ ਭਾਈ ਸਾਰੇ ਗੱਡੀ ਤੋਰੀ ਆ ਨਾਲ ਹੀ 2-3 ਪਾਰਸਲ ਇੱਥੇ ਆਏ ਨੇ ਲਾਗੇ ਲਾਗੇ ਹੀ ਭਾਈ ਨੇ 2-3 ਡਿਲੀਵਰੀਆਂ ਕੱਢਤੀਆਂ 5 ਮਿੰਟਾਂ 'ਚ ਭਾਈ ਤੇਰੇ ਹਿਸਾਬ ਨਾਲ ਕਿੰਨੇ ਵਜੇ ਤਾਂ ਆਪਾਂ ਫਿਨਿਸ਼ ਕਰ ਲਾਂਗੇ 5:30-6 ਵਜੇ ਤਾਈਂ
ਇੱਦਾਂ ਰੱਖਤਾ ਭਾਜੀ ਨੇ ਸਮਾਨ ਆ ਪਾਰਸਲ ਰੱਖੇ ਆਪਾਂ ਇੱਦਾਂ ਦੇ ਬੰਦੇ ਆਪਾਂ ਨੂੰ ਕਈ ਵਾਰੀ ਕੰਮ ਤੋਂ ਲੇਟ ਕਰਾ ਦਿੰਦੇ ਆ ਇਹ ਹੁਣ ਚੱਕਣ ਨਹੀਂ ਆ ਰਹੇ ਸੋ ਦੇਖਦੇ ਹਾਂ ਹੁਣ ਕੀ ਬਣਦਾ ਪੰਜ ਨੰਬਰ ਵਾਲਾ ਬੰਦਾ ਹੈ ਨਹੀਂ ਘਰੇ ਫੋਨ ਲਾਇਆ ਉਹ ਕਹਿੰਦਾ ਮੇਰੇ ਗੁਆਂਢੀਆਂ ਨੂੰ ਪਾਰਸਲ ਫੜਾ ਦਿਉ ਅਤੇ ਅਸੀਂ ਉਹਨੂੰ ਗੁਆਂਢੀਆਂ ਨੇ ਡਿਲੀਵਰ ਕਰਤਾ ਇੱਦਾਂ ਭਾਜੀ ਫਿਰ ਕੋਈ ਚੱਕਰ ਤਾਂ ਨਹੀਂ ਆਪਾਂ ਗੁਆਂਢੀ ਨੂੰ ਫੜਾ ਤਾ ਉਹਨੇ ਕਹਿਤਾ ਆਪਾਂ ਨੂੰ ਇੱਕ ਹੁੰਦਾ ਗੁਆਂਢੀਆਂ ਦਾ ਜਿਹੜਾ ਗੁਆਂਢੀਆਂ ਪਿੱਛੇ ਨਾ ਜਾਣਾ ਪਵੇ ਜਿਹੜੇ ਛੋਟੇ ਛੋਟੇ ਹੁੰਦੇ ਆ ਪਿੱਛੇ ਲੱਭਣੇ ਔਖੇ ਸੌਖੇ ਰਹਿੰਦੇ ਇੱਥੋਂ ਜੇ ਇੱਕ ਦਾ ਪਾਸਵਰਡ ਬਣਾ ਕੱਢ ਕੇ ਪਿੱਛੇ ਖੋਲਣ ਦੀ ਲੋੜ ਨਹੀਂ ਪੈਂਦੀ ਸਹੀ ਆ ਆਪਣੇ ਚੱਕ ਲੈਣਗੇ ਏਦਾਂ ਵੀ ਹੋ ਜਾਂਦੀ ਕਦੇ ਕਦੇ ਇੱਕ ਮੈਂ ਫਿਨਿਸ਼ ਹੋ ਗਿਆ ਆ ਹੋਰ ਤਿੰਨ ਕਰਦੇ ਆਪਾਂ ਥੋੜੋ ਤੀਜਾ ਖਾਲੀ ਕਰ ਲਿਆ ਭਾਈ ਨੇ ਹਿਸਾਬ ਕਿਤਾਬ ਨਾਲ ਸੁੱਟੀ ਜਾਣੇ ਆ ਲਾਗੇ ਲਾਗੇ ਹੀ ਆ ਘਰ ਸਾਰੇ ਉਸੇ ਰੇ ਤੁਰੇ ਫਿਰਦੇ ਆਪਾਂ ਅੱਧੇ ਆਪਾਂ ਪਿੱਛੇ ਰੱਖਦੇ ਆ ਵੱਡੇ ਵੱਡੇ ਪਿੱਛੇ ਰੱਖਦੇ ਆ ਉਹ ਦੇਖੋ ਅਤੇ ਬਾਕੀ ਆਪਾਂ ਛੋਟੇ ਛੋਟੇ ਪਾਸ ਸਾਰੇ ਮੂਹਰੇ ਰੱਖ ਲੈਣੇ ਈਜ਼ੀ ਰਹਿੰਦਾ ਫਿਰ ਤਾਂ ਡਿਲੀਵਰੀਆਂ ਕਰਨਾ ਤੀਜਾ ਬੈਗ ਆਪਣਾ ਬਾਕੀ ਆ ਭਾਈ ਆਹ ਵੀ ਖਾਲੀ ਹੋ ਗਿਆ ਲੈ ਵੀ ਵੈਨ ਹੁਣ ਮੈਂ ਫੜ ਲਈ ਆ ਮੈਂ ਕਿਹਾ ਮੈਂ ਚਾਹੁੰਦਾ ਭਾਜੀ ਤੂੰ ਡਿਲੀਵਰੀਆਂ ਕਰ ਭਾਜੀ ਉਹ ਡਿਲੀਵਰੀਆਂ ਕਰਨ ਲੱਗ ਪਿਆ ਮੈਂ ਕਿਹਾ ਚੱਲ ਮੈਂ ਵੀ ਚਲਾ ਕੇ ਦੇ ਲੈਂਦਾ ਵੈਨ ਦਾ ਕੀ ਹਿਸਾਬ ਕਿਤਾਬ ਆ ਕਿੰਨਵਾਂ ਬੈਗ ਆ ਭਾਜੀ ਚੌਥਾ ਬੈਗ ਆ ਗਿਆ ਕਿੰਨੇ ਹੋਏ ਟੋਟਲ ਟੋਟਲ 10 ਬੈਗ ਸੀਗੇ ਡਰਾਈਵਿੰਗ ਹੁਣ ਮੈਂ ਕਰ ਰਿਹਾ ਭਾਜੀ ਫਟਾਫਟ ਡਿਲੀਵਰੀਆਂ ਸੁੱਟੀ ਜਾਂਦਾ ਡਿਲੀਵਰ ਕਰ ਦੋ ਮੋਸਟਲੀ ਮੈਂ ਨੈਟ ਆਫ ਰੱਖਦਾ ਹੁੰਦਾ ਜਦੋਂ 40-50 ਡਿਲੀਵਰੀ ਨਿਕਲ ਜਾਂਦੀ ਡਿਲੀਵਰ ਕਰ ਜਾਣਾ ਆ ਪਤਾ ਕੁੱਤਾ ਭੌਂਦਾ ਕਿਸੇ ਨਾ ਕਿਸੇ ਰੋਕ ਲੈਂਦਾ ਕਿਸੇ ਨਾ ਕਿਸੇ ਨੇ ਤਾਂ ਘਰ ਆਉਣਾ ਹੀ ਆ ਸ਼ਾਮ ਤੱਕ ਹਾਲੇ ਤਾਂ ਮੈਂ ਕੰਸਟਰਕਸ਼ਨ ਲਾਈਨ ਚ ਤਿੰਨ ਵੱਜ ਲਿਆ ਭਾਜੀ ਭੁੱਖ ਹੀ ਲੱਗ ਰੋਟੀ ਆਰਡਰ ਕੀਤੀ ਆ ਆਪਣੀ ਗੱਡੀ ਆ ਗਈ ਆ ਰੋਟੀ ਵਿਚ
ਕੀ ਲੈ ਕੇ ਆਈ ਖਾਣ ਨੂੰ? ਕੜੀ ਚੌਲ, ਤਿੰਨ ਚੀਜ਼ਾਂ, ਸਬਜ਼ੀ ਚੌਲ ਤੁਹਾਡੇ ਵਾਸਤੇ ਤੇ ਪਰੌਂਠੇ। ਪਰੌਂਠੇ ਆ? ਹਾਂ ਪਰੌਂਠੇ ਵੀ ਆ, ਸਬਜ਼ੀ ਵੀ। ਪਾਮਰ ਕਿੱਥੇ? ਪਾਮਰ ਨੂੰ ਲੈ ਕੇ ਨਹੀਂ ਆਈ? ਨਿਆਣੇ ਸੁੱਤੇ ਸੀ ਘਰੇ। ਅੱਛਾ, ਗੱਡੀ ਨਵੀਂ ਆ, ਠੋਕਰਾਂ ਦੀ ਠੀਕ ਆ। ਬੈਠੀ ਦੇਖ, ਆ ਦੇਖੋ ਆਪਣੀ ਰੋਟੀ ਆ ਗਈ। ਆ ਨਹੀਂ ਯਾਰ ਆ ਕੰਮ ਦਾ, ਘਰੋਂ ਤਾਜ਼ੀ ਰੋਟੀ। ਚੌਲ ਵੀ ਆ ਗਏ ਨਾਲ, ਕੜੀ ਕੁੜੀ ਪਤਾ ਨਹੀਂ ਕੀ ਕਹੋ। ਬੜੀਆਂ 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 ਸਮਾਨ ਪੂਰਾ ਓਕੇ, ਫੀਲਿੰਗ ਵੀ ਪੂਰੀ ਓਕੇ ਆ, ਤੇ ਨਾਲ ਪਰੌਂਠੇ ਵੀ ਹੈਗੇ। ਸੈਨੀਟਾਈਜ਼ਰ ਦੇ ਦੋਂਗਲੇ ਕੀ ਸੈਂਟ? ਮੇਰੇ ਹੱਥ ਸਾਫ ਹੀ ਆ ਭਾਈ, ਮੈਂ ਤਾਂ ਗੱਡੀ ਰੋਕਦਾ ਨਹੀਂ ਹੁੰਦਾ ਵੈਸੇ ਰੋਟੀ ਖਾਣ ਨੂੰ। ਕੀ ਕਰਦੇ ਹੋ? ਹੈ ਕਹਿੰਦਾ ਕਹਿੰਦਾ ਰੋਟੀ ਇੱਦਾਂ ਖਾਣੀ ਨਹੀਂ ਹੁਣ ਮੈਂ ਇਸ ਟਾਈਮ। ਰੋਟੀ ਜਿਹੜੀ ਘਰੋਂ ਲਿਆਂਦੀ ਹੈ, ਲੋਡ ਚੱਕਣਾ ਜਦੋਂ ਗੱਡੀ ਵੈਨ ਲਾਈਨ ਚਲਾ ਲਈ ਜਾ ਕੇ ਮੈਂ, ਜਿੱਦਾਂ ਆਪਾਂ ਖੜੇ ਚੁੱਕਾ ਉਸ ਟਾਈਮ ਖਾ ਲੈਣਾ, ਸ਼ਾਮ ਤੱਕ ਸਾਹ ਨਹੀਂ ਲੈਣਾ ਕੰਮ ਨਿਬੇੜ ਕੇ। ਉਹ ਮੈਂ ਸਵੇਰੇ ਹੁੰਦਾ, ਉਦੋਂ ਘਰੋਂ ਹੀ ਆਇਆ ਹੁੰਦਾ, ਹਾਲੇ ਘਰੋਂ ਵੀ ਹੁੰਦਾ, 2 ਘੰਟੇ ਨਿਕਲ ਜਾਂਦੇ ਆ। ਸਵੇਰ ਨੂੰ ਕਿਉਂ ਚਾਹ ਪਾਣੀ ਪੀਤੀ ਹੁੰਦੀ 7 ਵਜੇ ਦੀ, ਆਪਣਾ 3 ਵਜੇ ਅੱਧਾ ਕੰਮ ਨਿਕਲ ਗਿਆ ਉਦੋਂ। ਰੋਟੀ ਖਾ ਲਈ ਅਸੀਂ, ਹੁਣ ਦੁਬਾਰਾ ਕੰਮ ਤੇ ਲੱਗਣ ਲੱਗੇ, ਮਾਰੀਏ ਗੱਡੀ ਸੈਲਫ ਕਰੀਏ ਦੁਬਾਰਾ ਕੰਮ ਸ਼ੁਰੂ। ਪੰਜ ਵੱਜ ਚੁੱਕੇ ਆ ਅਤੇ ਭਾਅ ਆਪਣਾ ਕਿੰਨਾ ਕਰਾਇਆ ਗਿਆ? 6 ਵਜੇ ਤਾਂ ਨਿਬੜ ਗਈ, 6 ਵਜੇ ਤਾਂ ਨਿਬੜਨ ਦੀ ਉਮੀਦ ਹੈਗੀ ਆ। ਤੇ ਆਪਣਾ ਕੰਮ ਫਿਨਿਸ਼ ਹੋ ਗਿਆ, 12 ਵਜੇ ਸਟਾਰਟ ਕੀਤਾ ਸੀ ਕੰਮ, ਉੱਥੇ ਜਾ ਕੇ ਪਹਿਲਾਂ ਖੜ੍ਹੇ ਰਹੇ ਹੈ ਨਾ, ਲੋਡ ਚੱਕਿਆ ਬੈਠੇ ਰਹੇ, ਰੋਟੀ ਪਾਣੀ ਨਹੀਂ ਖਾਧਾ ਵਿੱਚ 1/2 ਘੰਟਾ 1/4 ਘੰਟਾ, ਅਤੇ ਵਧੀਆ ਰਹਿ ਗਿਆ ਸਾਰਾ ਸਿਸਟਮ। ਕਿੰਨੇ ਕੁ ਪਾਰਸਲ ਆਪਾਂ ਡਿਲੀਵਰ ਕੀਤੇ ਅੱਜ? 180 ਸਟੋਪ ਹੈ ਨਾ ਪਾਰਸਲ ਦਾ, 290। ਹਾਂ ਸਹੀ ਆ, ਅਤੇ ਨੋਰਮਲ ਤੇਰਾ ਭਾਅ ਇਹੀ ਟਾਈਮ ਰਹਿੰਦਾ? 6 ਵਜੇ ਤੱਕ ਮੈਕਸੀਮਮ 6 ਵਜੇ ਤੱਕ ਨਾ ਫਿਨਿਸ਼ ਕਰ ਦਿੰਦਾ, ਪਰ 6 ਵਜੇ ਦਾ ਹੀ ਫਿਨਿਸ਼ ਕਰੇ ਤੁਹਾਨੂੰ, ਐਨ ਪੂਰਾ ਤਸੱਲੀ ਨਾਲ ਕੰਮ ਕਰਨਾ ਪੈਣਾ, ਇਹ ਨਹੀਂ ਕਿ ਤੁਸੀਂ ਕਿਤੇ ਉੱਦਾਂ ਹੀ ਹੌਲੀ ਹੌਲੀ ਪਾਰਸਲ, ਪੂਰਾ ਐਨ ਟਾਈਮ ਵਾਂਗ ਹਿਸਾਬ ਕਿਤਾਬ ਸਾਰਾ ਆਪਣੇ ਏਰੀਏ ਦਾ। ਜੇ ਤੁਸੀਂ ਨਵੇਂ ਲੱਗੋਗੇ ਤਾਂ ਤੁਹਾਨੂੰ ਥੋੜ੍ਹਾ ਪਹਿਲਾਂ ਪ੍ਰੋਬਲਮ ਹੋਣੀ, 2-3 ਵੀਕਾਂ ਨਾ ਭਾਈ, 2-3 ਮਹੀਨਾ ਲੱਗ ਜਾਂਦਾ, ਭਾਈ ਨੇ ਪਹਿਲਾਂ ਨੰਬਰ ਵੀ ਕੰਮ ਕੀਤਾ ਹੋਇਆ, ਸੋ ਇਹਨੂੰ ਨਹੀਂ ਹੋਈ ਬੜੀ ਪ੍ਰੋਬਲਮ। ਕਿ ਭਾਈ ਇਹਦਾ ਤੁਸੀਂ ਕੀ ਹਿਸਾਬ ਕਿਤਾਬ, ਮਤਲਬ 120 ਤੋਂ ਲੈ ਕੇ 200 ਤੱਕ ਬੰਦਾ ਕਮਾਦਾ ਜੋਬ 'ਤੇ ਕਿ ਨਹੀਂ? ਵੱਖਰੀ ਆਪਣੀ ਗੱਡੀ ਆ, ਫਿਰ ਤੁਸੀਂ 180-90 ਪਾਉਂਡ ਆਪਣੀ ਵੈਨ 'ਤੇ ਕਿਤੇ ਨਹੀਂ ਜਾਣਾ, ਇੰਨੇ ਘੰਟੇ ਲਾ ਲਏ ਇੰਨੇ ਟਾਈਮ ਹੈ ਨਾ, ਜੇ ਤੁਸੀਂ ਇੱਥੇ ਕੰਮ ਕਰੋ ਯੂ ਟੀ ਆਰ 'ਤੇ ਹਾਂ, ਕੰਮ ਤਾਂ UTR 'ਤੇ ਆ, ਕਿਉਂਕਿ ਸੈਲਫ ਇੰਪਲੋਇਡ ਤੁਹਾਨੂੰ ਆਪਣਾ ਅਕਾਊਂਟ ਰੱਖਣਾ ਪੈਣਾ। 180-90 ਮਤਲਬ ਜੇ ਤੁਹਾਡੇ ਕੋਲ ਛੋਟੀ ਵੈਨ ਵੀ ਆ ਜਾਂ ਕੰਪਨੀ ਦੀ ਵੈਨ ਵੀ, 120 ਤੋਂ ਘੱਟ ਤਾਂ ਨਹੀਂ ਝੜ ਪਈ, ਵੱਧ ਹੀ ਪਊਗੀ ਨਾ? ਨਹੀਂ 150 ਪਾਉਂਡ ਤਾਂ ਛੋਟੀ ਵੈਨ 'ਤੇ ਵੀ ਕਿਤੇ ਨਹੀਂ ਗਿਆ ਆਰਾਮ ਨਾਲ। ਸਹੀ, ਸੋ ਓਕੇ ਤੁਸੀਂ ਵੀਡੀਓ ਦੇਖ ਲਈ, ਹਵਾ ਬਹੁਤ ਵਗਦੀ ਸੀ ਉੱਥੇ ਆਖਰ 'ਤੇ, ਸ਼ੋਟ ਲੈਣੀ ਹੋਇਆ ਤੋ ਮੈਂ ਹੁਣ ਦੁਬਾਰਾ ਰਿਕਾਰਡ ਕਰਨ ਲੱਗਾ। ਸੋ ਇਹੀ ਆ ਕਿ ਇਹ ਵਾਲੇ ਕੰਮ ਦੇ ਵਿੱਚ ਤੁਹਾਡਾ 150 ਤੋਂ ਲੈ ਕੇ 200 ਤੱਕ ਮਤਲਬ ਦਿਹਾੜੀ ਪੈ ਜਾਂਦੀ ਆ, ਅਤੇ ਮੈਨੂੰ ਇਹ ਕੰਮ ਬਹੁਤ ਵਧੀਆ ਲੱਗਾ, ਸਪੈਸ਼ਲੀ ਵਧੀਆ ਲੱਗੀ ਇਹਦੀ ਟਾਈਮਿੰਗ, ਜਿੱਦਾਂ ਮਤਲਬ ਆਪਾਂ 10 ਵਜੇ ਘਰੋਂ ਜਾਂਦੇ ਹਾਂ ਅਤੇ 6-7 ਵਜੇ ਆਪਾਂ ਵਿਹਲੇ ਹੋਏ ਘਰ ਵਾਪਸ ਆ ਸਕਦੇ ਹਾਂ, 10 ਵਜੇ ਵੀ ਜਾਂਦੇ ਕੰਮ ਜਾ ਕੇ ਤੁਹਾਡਾ ਸਟਾਰਟ ਹੁੰਦਾ 12 ਵਜੇ ਤੋਂ ਬਾਅਦ ਹੀ, ਅਤੇ ਓਵਰਆਲ ਵਧੀਆ ਲੱਗਾ। ਅਤੇ ਇੱਕ ਜਿਹੜਾ ਤੁਹਾਡਾ ਏਰੀਆ ਉਹਦੇ ਲਾਗੇ ਹੀ ਤੁਹਾਡਾ ਕੰਮ ਹੁੰਦਾ ਮੋਸਟ ਆਫ ਦਾ ਟਾਈਮ, ਬਾਕੀ ਤੁਸੀਂ ਡਿਪੈਂਡ ਕਰਦਾ ਕਿੱਦਾਂ ਏਰੀਏ 'ਚ ਰਹਿੰਦੇ ਆ, ਜਿੱਦਾਂ ਹੁਣ ਭਾਅ ਜੀ ਹੁਣੀ ਲੈਸਟਰ ਰਹਿੰਦੇ ਆ, ਅਤੇ ਲੈਸਟਰ ਦੇ ਭਾਅ ਜੀ ਨੂੰ ਉੱਥੇ ਲਾਗੇ ਹੀ ਫਿਰ ਉਸ ਏਰੀਏ ਦੇ ਵਿੱਚ ਹੀ ਉਹ ਕੰਮ ਦਿੰਦੇ ਆ,
ਤੇ ਜ਼ਿਆਦਾਤਰ ਇਹਦੇ ਵਿੱਚ ਇੱਦਾਂ ਹੀ ਹੁੰਦਾ ਐਮਾਜ਼ਾਨ ਦੇ ਵਿੱਚ, ਇਹ ਇਹਦੀ ਖਾਸੀਅਤ ਆ। 185 ਸਟੋਪ ਸੀਗੇ ਅਤੇ 250 to 300 ਪਾਰਸਲ ਸੀਗੇ। ਕੁਛ ਪਾਰਸਲ ਭਾਰੇ ਵੀ ਹੁੰਦੇ ਆ ਅਤੇ ਤੁਸੀਂ ਦੇਖਿਆ ਹੀ ਆ, ਅਤੇ ਕੁਛ ਬਹੁਤ ਜ਼ਿਆਦਾ ਹਲਕੇ ਸੀਗੇ ਜਿੱਦਾਂ। ਅਤੇ ਓਵਰਆਲ ਸਾਰਾ ਵਧੀਆ ਲੱਗਾ ਮੈਨੂੰ, ਅਤੇ ਸਿਰਫ